ਜਿਹੜੇ ਮੀਂਹ ਨੇ ਹੜਾਂ ਦਾ ਰੂਪ ਲੈ ਕੇ ਪਹਿਲਾਂ ਅੱਧੇ ਭਾਰਤ ਨੂੰ ਡੁਬਾਇਆ, ਹੁਣ ਉਹੀ ਮੀਂਹ ਬਹੁਤ ਜ਼ਿਆਦਾ ਬਿਮਾਰੀਆਂ ਲੈ ਕੇ ਆ ਰਿਹਾ ਹੈ। ਸਭ ਤੋਂ ਜ਼ਿਆਦਾ ਜਿਹੜੀ ਬਿਮਾਰੀ ਹੜਾਂ ਦੇ ਕਾਰਨ ਨਿਕਲ ਕੇ ਅੱਗੇ ਆ ਰਹੀ ਹੈ ਉਹ ਹੈ ਆਈ ਫਲੂ ਦੀ। ਆਈ ਫਲੂ ਦੇ ਮਾਮਲੇ ਹੁਣ ਬਹੁਤ ਜ਼ਿਆਦਾ ਵੱਧ ਰਹੇ ਨੇ। ਹਸਪਤਾਲਾਂ ਦੇ ਵਿੱਚ ਇਸ ਬਿਮਾਰੀ ਨੂੰ ਲੈ ਕੇ ਭੀੜ ਲੱਗ ਰਹੀ ਹੈ ਤੇ ਬੱਚੇ ਇਸ ਬਿਮਾਰੀ ਦੇ ਨਾਲ ਸਭ ਤੋਂ ਜ਼ਿਆਦਾ ਪੀੜਿਤ ਹੋ ਰਹੇ ਨੇ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਕਿਵੇਂ ਇਹ ਬਿਮਾਰੀ ਲੱਗਦੀ ਹੈ ਤੇ ਕਿਵੇਂ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ। ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ। ਕੁਝ ਕੁ ਦਿਨ ਪਹਿਲਾਂ ਹੀ ਤੁਸੀਂ ਉੱਤਰ ਭਾਰਤ ਦੇ ਵਿੱਚ ਆਏ ਹੋਏ ਹੜਾਂ ਨੂੰ ਤਾਂ ਦੇਖਿਆ ਹੀ ਹੋਵੇਗਾ। ਪੰਜਾਬ, ਹਰਿਆਣਾ, ਹਿਮਾਚਲ ਅਤੇ ਉੱਤਰਾਖੰਡ ਦੇ ਵਿੱਚ ਚਾਰੇ ਪਾਸੇ ਪਾਣੀ ਹੀ ਪਾਣੀ ਸੀ। ਹੁਣ ਜਦੋਂ ਉੱਤਰ ਭਾਰਤ ਦੇ ਵਿੱਚ ਥੋੜੀ ਜਿਹੀ ਮੀਂਹ ਤੋਂ ਤੇ ਹੜਾਂ ਤੋਂ ਨਜਾਤ ਮਿਲੀ ਸੀ ਤਾਂ ਬਿਮਾਰੀਆਂ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਡੇਂਗੂ, ਮਲੇਰੀਆ, ਖੰਘ, ਜ਼ੁਕਾਮ ਵਾਲੇ ਮਰੀਜ਼ ਤਾਂ ਹਸਪਤਾਲਾਂ ਦੇ ਵਿੱਚ ਆ ਹੀ ਰਹੇ ਨੇ, ਪਰ ਜਿਹੜੀ ਸਭ ਤੋਂ ਵੱਡੀ ਸਮੱਸਿਆ ਸਾਹਮਣੇ ਆ ਰਹੀ ਹੈ ਉਹ ਹੈ ਜੀ ਆਈ ਫਲੂ ਦੀ। ਬੱਚੇ ਇਹ ਆਈ ਫਲੂ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਹੋ ਰਹੇ ਨੇ। ਇਹ ਸਭ ਕੁਝ ਹੋਇਆ ਹੈ ਜੀ ਹੜਾਂ ਦੇ ਪਾਣੀ ਦੇ ਨਾਲ। ਜਿਵੇਂ ਕਿ ਪਹਿਲਾਂ ਹੀ ਇਹ ਕਿਆਸਾਂ ਲਗਾਈਆਂ ਜਾ ਰਹੀਆਂ ਸਨ ਕਿ ਹੜਾਂ ਦੇ ਪਾਣੀ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਣਗੀਆਂ, ਪਰ ਕਿਸੇ ਨੇ ਇਹ ਅੰਦਾਜ਼ਾ ਨਹੀਂ ਲਗਾਇਆ ਸੀ ਕਿ ਕੋਈ ਇਸ ਤਰ੍ਹਾਂ ਦੀ ਬਿਮਾਰੀ ਆਏਗੀ ਜਿਹੜੀ ਬੱਚਿਆਂ ਨੂੰ ਟਾਰਗੇਟ ਕਰੇਗੀ ਤੇ ਉਹਨਾਂ ਦੀ ਅੱਖਾਂ ਦੇ ਉੱਪਰ ਅਸਰ ਪਾਵੇਗੀ। ਐਕਸਪਰਟ ਦੱਸਦੇ ਨੇ ਕਿ ਇਹ ਤਾਂ ਹਜੇ ਸ਼ੁਰੂਆਤ ਹੈ, ਅੱਗੇ ਜਾ ਕੇ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੜਾਂ ਦੇ ਪਾਣੀ ਦੇ ਕਾਰਨ ਪੈਦਾ ਹੋਣਗੀਆਂ। ਆਈ ਫਲੂ ਦੇ ਇੰਨੇ ਮਾਮਲੇ ਕਿਵੇਂ ਵੱਧ ਰਹੇ ਨੇ, ਇਸ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਹੈ ਤੇ ਬੱਚੇ ਹੀ ਇਸ ਬਿਮਾਰੀ ਦੀ ਚਪੇਟ ਦੇ ਵਿੱਚ ਕਿਉਂ ਆ ਰਹੇ ਨੇ, ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਇਹਨਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ। ਜਦੋਂ ਤੋਂ ਹੀ ਇਹ ਆਈ ਫਲੂ ਫੈਲਣ ਲੱਗਿਆ ਹੈ ਉਦੋਂ ਤੋਂ ਹੀ ਬੱਚਿਆਂ ਦੇ ਮਾਪੇ ਕਾਫੀ ਜ਼ਿਆਦਾ ਸਹਿਮੇ ਹੋਏ ਨੇ। ਗੋਰਖਪੁਰ ਦੇ ਇੱਕ ਸਕੂਲ ਵਿੱਚ 60 ਤੋਂ ਜ਼ਿਆਦਾ ਵਿਦਿਆਰਥਣਾਂ ਇਸ ਆਈ ਫਲੂ ਦਾ ਸ਼ਿਕਾਰ ਹੋ ਗਈਆਂ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਹਾਪੁਰ ਜ਼ਿਲ੍ਹੇ ਦੇ ਵਿੱਚ ਆਈ ਫਲੂ ਵਾਲੇ ਮਰੀਜ਼ਾਂ ਦੀ ਗਿਣਤੀ ਦਿਨ ਪੋ ਦਿਨ ਵੱਧ ਰਹੀ ਹੈ। ਮੱਧ ਪ੍ਰਦੇਸ਼ ਦੇ ਸਾਗਰ ਅਤੇ ਦਮੋਸ਼ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਉੱਥੇ ਆਈ ਫਲੂ ਦੇ ਮਰੀਜ਼ਾਂ ਦੀ ਗਿਣਤੀ ਦਿਨ ਪੋ ਦਿਨ ਵੱਧ ਰਹੀ ਹੈ ਤੇ ਹਸਪਤਾਲਾਂ ਦੇ ਅੱਗੇ ਉਹਨਾਂ ਦੀ ਲਾਈਨਾਂ ਲੱਗ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਵੀ ਹੁਣ ਇਸ ਬਿਮਾਰੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਨੇ। ਜਦੋਂ ਕਿਸੇ ਨੂੰ ਆਈ ਫਲੂ ਹੁੰਦਾ ਹੈ ਤਾਂ ਉਸ ਦੀਆਂ ਅੱਖਾਂ ਬਿਲਕੁਲ ਲਾਲ ਰੰਗ ਦੀਆਂ ਹੋ ਜਾਂਦੀਆਂ ਨੇ, ਅੱਖਾਂ ਦੇ ਵਿੱਚ ਲਾਲੀ ਆ ਜਾਂਦੀ ਹੈ ਤੇ ਹੌਲੀ ਹੌਲੀ ਅੱਖਾਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਇਹ ਦਰਦ ਇੰਨਾ ਜ਼ਿਆਦਾ ਹੋਣ ਲੱਗ ਜਾਂਦਾ ਹੈ ਕਿ ਇਨਸਾਨ ਤੋਂ ਸਹਿ ਨਹੀਂ ਹੁੰਦਾ ਤੇ ਉਹ ਹਸਪਤਾਲਾਂ ਵੱਲ ਭੱਜਦੇ ਨੇ। ਜਦੋਂ ਤੋਂ ਹੀ ਲੋਕਾਂ ਨੂੰ ਹੜਾਂ ਤੋਂ ਥੋੜੀ ਨਿਜਾਤ ਮਿਲਣੀ ਸ਼ੁਰੂ ਹੋਈ ਸੀ ਤਾਂ ਇਹ ਬਿਮਾਰੀ ਨੇ ਉਹਨਾਂ ਦੇ ਘਰ ਦੇ ਅੱਗੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ। ਅੱਖਾਂ ਦੇ ਵਿੱਚ ਹੋਣ ਵਾਲੀ ਇਹ ਬਿਮਾਰੀ ਹੁਣ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ। ਇਹ ਬਿਮਾਰੀ ਜ਼ਿਆਦਾਤਰ ਉਹਨਾਂ ਏਰੀਆ ਦੇ ਵਿੱਚ ਹੀ ਦੇਖੀ ਜਾ ਰਹੀ ਹੈ ਜਿੱਥੇ ਹੜ ਆਏ ਸਨ। ਡਾਕਟਰਾਂ ਦਾ ਮੰਨਣਾ ਹੈ ਕਿ ਜਿਹੜੇ ਮਰੀਜ਼ਾਂ ਨੂੰ ਆਈ ਫਲੂ ਹੋ ਜਾਂਦਾ ਹੈ ਤੇ ਉਹ ਸਾਡੇ ਕੋਲ ਆਉਂਦੇ ਨੇ ਉਹ ਬਹੁਤ ਜ਼ਿਆਦਾ ਘਬਰਾਏ ਹੋਏ ਹੁੰਦੇ ਨੇ, ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਕਦੇ ਅਜਿਹੀ ਬਿਮਾਰੀ ਨਹੀਂ ਦੇਖੀ ਹੁੰਦੀ। ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੰਜਾਬ ਤੇ ਜਿੱਥੇ ਜਿੱਥੇ ਹੜਾਂ ਦਾ ਪਾਣੀ ਪਹੁੰਚਿਆ ਹੈ ਉੱਥੋਂ ਦੇ ਲੋਕਾਂ ਦੀਆਂ ਅੱਖਾਂ ਲਾਲ ਹੋ ਰਹੀਆਂ ਤੇ ਉਹਨਾਂ ਦੇ ਵਿੱਚ ਸੋਜ ਆ ਰਹੀ ਹੈ। ਇਹਨਾਂ ਜਗ੍ਹਾ ਦੇ ਉੱਪਰ ਹਰ ਦੂਜਾ ਵਿਅਕਤੀ ਇਹ ਆਈ ਫਲੂ ਦੀ ਬਿਮਾਰੀ ਦੇ ਨਾਲ ਗ੍ਰਸਤ ਹੈ। ਐਕਸਪਰਟ ਦੀ ਮੰਨੀਏ ਤਾਂ 2 ਤੋਂ 3 ਸਾਲ ਦੇ ਬੱਚਿਆਂ ਤੋਂ ਲੈ ਕੇ 22 ਤੋਂ 23 ਸਾਲ ਦੇ ਨੌਜਵਾਨਾਂ ਤੱਕ ਜਿਹੜੇ ਕਾਲਜ ਜਾਂਦੇ ਨੇ ਉਹਨਾਂ ਦੇ ਵਿੱਚ ਇਹ ਬਿਮਾਰੀ ਦੇ ਲੱਛਣ ਬਹੁਤ ਜ਼ਿਆਦਾ ਦਿਸ ਰਹੇ ਨੇ। ਇਸ ਬਿਮਾਰੀ ਦਾ ਦੂਜਾ ਨਾਮ ਹੈ ਪਿੰਕ ਆਈ ਇਨਫੈਕਸ਼ਨ। ਇਸ ਦੇ ਵਿੱਚ ਅੱਖਾਂ ਦਾ ਰੰਗ ਪਿੰਕ ਹੋ ਜਾਂਦਾ ਹੈ, ਜਾਨੀ ਕਿ ਗੁਲਾਬੀ ਵੀ ਹੋ ਜਾਂਦਾ ਹੈ। ਜਦੋਂ ਤੋਂ ਹੀ ਇੰਡੀਆ ਦੇ ਵਿੱਚ ਹੜ ਆਏ ਨੇ ਉਦੋਂ ਤੋਂ ਹੀ ਇਹ ਬਿਮਾਰੀ ਦੇ ਰਿਕਾਰਡ ਤੋੜ ਮਾਮਲੇ ਵੀ ਸਾਹਮਣੇ ਆ ਰਹੇ ਨੇ। ਜਿਹੜੇ ਇਲਾਕਿਆਂ ਦੇ ਵਿੱਚ ਹੜ ਆਏ ਸਨ ਉਹਨਾਂ ਇਲਾਕਿਆਂ ਦੇ ਵਿੱਚ ਹਰ ਜਿਹੜਾ ਦੂਜੇ ਤੋਂ ਤੀਜਾ ਮਰੀਜ਼ ਓਪੀਡੀ ਲਈ ਜਾ ਰਿਹਾ ਹੈ ਉਹ ਇਹ ਬਿਮਾਰੀ ਦੇ ਨਾਲ ਪੀੜਿਤ ਹੈ। ਇਸ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਹੈ ਹੜਾਂ ਦਾ ਗੰਦਾ ਪਾਣੀ। ਇਹ ਇਨਫੈਕਸ਼ਨ ਪਹਿਲਾਂ ਤਾਂ ਗੰਦੇ ਪਾਣੀ ਰਾਹੀਂ ਇਨਸਾਨ ਤੱਕ ਪਹੁੰਚਦਾ ਹੈ ਤੇ ਫਿਰ ਇਨਸਾਨ ਤੋਂ ਦੂਜੇ ਇਨਸਾਨ ਤੱਕ ਇਹ ਲਾਗ ਦੀ ਬਿਮਾਰੀ ਵਾਂਗੂ ਪਹੁੰਚਦਾ ਹੈ। ਛੋਟੇ ਬੱਚੇ ਤਾਂ ਜਿਵੇਂ ਆਪਾਂ ਦੇਖਦੇ ਹਾਂ ਕਿ ਕਿਸੇ ਚੀਜ਼ ਦਾ ਪਰਹੇਜ਼ ਨਹੀਂ ਕਰਦੇ, ਉਹ ਪਹਿਲਾਂ ਆਪਣੀਆਂ ਅੱਖਾਂ ਨੂੰ ਹੱਥ ਲਾ ਲੈਂਦੇ ਨੇ, ਫਿਰ ਆਪਣੇ ਉਹੀ ਹੱਥ ਆਪਣੇ ਪੈਨ, ਡੈਸਕ ਜਾਂ ਕਿਤਾਬਾਂ ਨੂੰ ਲਾਉਂਦੇ ਨੇ। ਇਸ ਤਰ੍ਹਾਂ ਇਹ ਬਿਮਾਰੀ ਇੱਕ ਬੱਚੇ ਤੋਂ ਦੂਜੇ ਬੱਚੇ ਤੱਕ ਪਹੁੰਚ ਜਾਂਦੀ ਹੈ। ਇਹੀ ਕਾਰਨ ਹੈ ਕਿ ਹੁਣ ਇਹ ਬਿਮਾਰੀ ਬਹੁਤ ਤੇਜ਼ੀ ਦੇ ਨਾਲ ਅੱਗੇ ਫੈਲ ਰਹੀ ਹੈ ਤੇ ਬੱਚੇ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ। ਜੇਕਰ ਦੇਖਿਆ ਜਾਵੇ ਤਾਂ ਮੀਂਹ ਦੇ ਦਿਨਾਂ ਦੇ ਵਿੱਚ ਬਿਮਾਰੀਆਂ ਦਾ ਫੈਲਣਾ ਕੋਈ ਵੱਡੀ ਗੱਲ ਨਹੀਂ ਹੈ। ਹਸਪਤਾਲਾਂ ਦੀ ਜਿਹੜੀ ਕਮਾਈ ਹੁੰਦੀ ਹੈ ਉਹ ਜ਼ਿਆਦਾਤਰ ਮੀਂਹ ਦੇ ਦਿਨਾਂ ਵਿੱਚ ਹੀ ਹੁੰਦੀ ਹੈ। ਹੜਾਂ ਦਾ ਗੰਦਾ ਪਾਣੀ ਇਨਸਾਨਾਂ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਕਿਵੇਂ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ, ਕਿਵੇਂ ਅਸੀਂ ਆਪਣੇ ਬੱਚਿਆਂ ਨੂੰ ਜਾਂ ਕਈ ਆਪਣੇ ਪਰਿਵਾਰ ਨੂੰ ਇਹ ਬਿਮਾਰੀ ਤੋਂ ਬਚਾ ਸਕਦੇ ਹਾਂ। ਇਸ ਦਾ ਸਭ ਤੋਂ ਪਹਿਲਾਂ ਦਾ ਇਹ ਇਲਾਜ ਹੈ, ਜਿਸ ਮਰੀਜ਼ ਦੇ ਵਿੱਚ ਤੁਹਾਨੂੰ ਇਹ ਲੱਛਣ ਦਿੰਦੇ ਨੇ ਉਸ ਤੋਂ ਆਪਣੀ ਥੋੜੀ ਦੂਰੀ ਬਣਾ ਲਓ ਤੇ ਉਸ ਦੀਆਂ ਚੀਜ਼ਾਂ ਨੂੰ ਇੱਕ ਦੂਜੇ ਦੇ ਨਾਲ ਸ਼ੇਅਰ ਕਰਨਾ ਬੰਦ ਕਰ ਦਿਓ। ਸੈਨੇਟਾਈਜ਼ਰ ਨੂੰ ਆਪਣੇ ਕੋਲ ਰੱਖੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਦੇ ਵਿੱਚ ਇਹ ਬਿਮਾਰੀ ਦੇ ਲੱਛਣ ਨੇ ਤਾਂ ਉਸ ਨੂੰ ਭੁੱਲ ਕੇ ਸਕੂਲ ਦੇ ਵਿੱਚ ਨਾ ਭੇਜੋ। ਬਾਕੀ ਜਿਵੇਂ ਤੁਹਾਨੂੰ ਕਿਸੇ ਮਰੀਜ਼ ਦੇ ਵਿੱਚ ਇਹ ਲੱਛਣ ਦਿੰਦੇ ਨੇ ਤੁਰੰਤ ਉਸ ਨੂੰ ਡਾਕਟਰ ਦੇ ਕੋਲ ਲੈ ਕੇ ਜਾਓ ਤੇ ਉਸ ਦਾ ਇਲਾਜ ਸ਼ੁਰੂ ਕਰਵਾਓ। ਅੱਖਾਂ ਦੀ ਇਨਫੈਕਸ਼ਨ ਜਦੋਂ ਜ਼ਿਆਦਾ ਵਧ ਜਾਂਦੀ ਹੈ ਤਾਂ ਪੇਟ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ, ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਜਲਣ ਹੋਣ ਲੱਗ ਜਾਂਦੀ ਹੈ ਤੇ ਅੱਖਾਂ ਸੁੱਜ ਜਾਂਦੀਆਂ ਨੇ। ਡਾਕਟਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਜਿਵੇਂ ਹੁਣ ਆਈ ਫਲੂ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ, ਜਿਵੇਂ ਹੁਣ ਮੀਂਹ ਹਟਣ